ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ, ਇਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਅੱਜ ਆਪਣੇ ਫਾਰਮ 'ਤੇ 16 ਤੋਂ 17 ਨਗ ਸੇਲ ਵਾਸਤੇ ਅਵੇਲੇਬਲ ਨੇ। ਅੱਜ ਆਪਾਂ 25 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ। ਸ਼ਾਮ ਨੂੰ ਆਪਣਾ 5:30 ਵਜੇ ਦਾ ਟਾਈਮ ਆ, 25 ਜੂਨ 2023। ਕੋਈ ਵੀ ਵੀਰ ਆਪਣਾ ਆਪਣੇ ਫਾਰਮ 'ਤੇ ਵਿਜਿਟ ਕਰ ਸਕਦਾ। ਆਪਣੇ ਕੋਲ ਹਮੇਸ਼ਾ ਵਾਸਤੇ 10 ਤੋਂ 15 ਨਗ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ। ਜਰਸੀ ਵੜਾਂ ਪੰਜਾਬ ਵਾਲੀਆਂ 18-19 ਕਿਲੋ ਤੋਂ ਲੈ ਕੇ 25-26 ਲੀਟਰ ਤੱਕ ਦੀਆਂ, ਅਤੇ ਕਰੋਸ ਅੰਗ ਦੇ ਵਿੱਚ ਵਹਿੜਾਂ ਚੰਗੀਆਂ, ਅਤੇ HF ਵਹਿੜਾਂ 20-25 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀਆਂ ਫਾਰਮ 'ਤੇ ਅਵੇਲੇਬਲ ਨੇ। ਕੋਈ ਮੇਰਾ ਵੀਰ ਕਦੋਂ ਵੀ ਫੋਨ ਕਰਕੇ ਆ ਸਕਦਾ ਗਾ, ਅਤੇ ਇਹਨਾਂ ਦੀ ਇਕੱਲੇ ਕਿਸੇ ਵੀ ਨਗ ਦੀ ਵੀਡੀਓ ਫੋਨ 'ਤੇ ਮੰਗਾ ਸਕਦਾ। ਮੈਸੇਜ ਕਰਕੇ ਦੇਖ ਸਕਦੇ ਹੋ ਤੁਸੀਂ, ਟੋਪ ਕੁਆਲਿਟੀ ਦੀ ਪੰਜਾਬ ਵਾਲੀ ਜਰਸੀ। ਇਹਨਾਂ 'ਚੋਂ ਇੱਕ ਦੋ ਨਗ ਆਪਾਂ ਤੋਰ ਕੇ ਦਿਖਾਵਾਂਗੇ, ਦੇਖ ਸਕਦੇ ਹੋ। ਫੁੱਲ ਬਰੀਡ ਦੇ ਵਿੱਚ ਆ, 24-25 ਕਿਲੋ ਦੁੱਧ ਪਾਇਆ ਹੋਇਆ, 10 ਦਿਨ ਦੀ ਕੱਚੀ ਆ ਹਜੇ। ਕੁਛ ਕੁ ਵਿਹੜਾਂ ਅੰਦਰ ਸੂਈਆਂ ਹੋਈਆਂ ਨੇ ਅੰਦਰ ਸ਼ੈੱਡ 'ਚ, ਉਹਨਾਂ ਦੀ ਡਿਟੇਲ ਵੀ ਆਪਾਂ ਸ਼ੇਅਰ ਕਰਾਂਗੇ। ਇੱਕ ਬੈੱਡ ਗੱਭਣ ਆ, 4-5 ਦਿਨ ਲੈਂਦੀ ਹੈ ਜਰਸੀ ਕਰੋਸ, ਅੱਗੇ ਬੈੱਡ ਸੂਈ ਹੋਈ ਆ। 22-23 ਕਿਲੋ ਦੁੱਧ ਤਿਆਰ ਆ, ਮਗਰ ਬੱਛੀ ਆ। 22-23 ਕਿਲੋ ਆ ਬੈੱਡ ਥੱਲੇ ਦੁੱਧ ਤਿਆਰ ਆ। ਇਹ ਬੱਛੀ ਜਰਸੀ ਦੇ ਵਿੱਚ, ਇਹ ਕੌਫੀ ਕਲਰ ਸੂੰਦੀ ਆ, ਇਹ ਸੂਰੀ ਆ ਬੱਛੀ। ਇੱਕ ਮੱਝ ਸੂਈ ਵੀ ਤਾਜ਼ੀ ਆਪਣੇ ਕੋਲ, 12-13 ਕਿਲੋ ਬੋਲਾ ਰੈਡੀ ਆ। ਸੋ ਕਾਫੀ ਨਗ ਨੇ ਆਪਣੇ ਕੋਲ, ਵੀਡੀਓ ਦੇ ਐਂਡ ਤੱਕ ਬਣੇ ਰਹੋ। ਪਿੰਡ ਕਲਾਲਾ, ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ, ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ। ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਸੇਲ ਵੀ ਕਰਨਾ ਹੋਵੇ ਤਾਂ ਵੀ ਆਪਣੇ ਨਾਲ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। 94-782-63-916, 98-784-48-264, ਇਹਨਾਂ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਕੇ ਪਸ਼ੂ ਖਰੀਦ ਵੀ ਸਕਦੇ ਹੋ, ਅਤੇ ਆਪਣੇ ਕੋਲ ਪਸ਼ੂ ਕੋਈ ਹੈਗਾ ਗਾ ਸੇਲ ਵਾਸਤੇ ਤਾਂ ਫੋਨ ਨੰਬਰਾਂ 'ਤੇ ਕੰਟੈਕਟ ਕਰਕੇ ਪਸ਼ੂ ਵੇਚ ਵੀ ਸਕਦੇ ਹੋ। ਚੰਗਾ ਮੁੱਲ ਲਾ ਕੇ ਆਪਾਂ ਖਰੀਦਾਂਗੇ, ਕਿਉਂਕਿ ਆਪਣੇ ਕੋਲ ਬਾਹਰ ਮਹਾਰਾਸ਼ਟਰ, ਜੰਮੂ, ਰਾਜਸਥਾਨ, ਯੂਪੀ, ਕੇਰਲਾ, ਕਰਨਾਟਕਾ ਸਾਰੇ ਗਾਹਕ ਆਪਣੇ ਕੋਲ ਆਉਂਦੇ, ਆਪਣਾ ਮਾਲ ਬਾਹਰ ਜਾਂਦਾ ਗਾ, ਤਾਂ ਹੀ ਆਪਣਾ ਆਪਣੇ ਘਰ ਮੰਡੀਆਂ ਨੂੰ ਮਾਲ ਹਰ ਵਕਤ ਭਰਿਆ ਹੁੰਦਾ ਗਾ। ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ, ਅੱਜ ਆਪਣੇ ਕੋਲ 16-17 ਨਗ ਹੈਗੇ ਨੇ, ਜਿਨ੍ਹਾਂ ਵਿੱਚ ਪਿਓਰ HF ਵਹਿੜਾਂ, ਜਰਸੀ ਕਰੋਸ ਵਹਿੜਾਂ, ਅਤੇ ਇੱਕ ਬੱਸੀ ਆ, ਤੋਰ ਕੇ ਦਿਖਾ ਪੁੱਤਾ ਬੱਸੀ, ਆ ਪਹਿਲਣ ਬੱਸੀ ਆ, ਮੂੰਹੋਂ 4 ਦੰਦ ਆ, 1-2 ਦਿਨ ਸੂਨ ਨੂੰ ਲੈਂਦੀ ਆ, ਸੋਹਣਾ ਥਾਣਾ ਵਾ ਨਾ, ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ ਹੋਇਆ ਗਾ, ਤੋਰ ਕੇ ਦਿਖਾ ਪੁੱਤ। ਬੱਸੀ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ, ਮੂੰਹੋਂ 4 ਦੰਦ ਆ, ਪਹਿਲਾ ਸੂਆ ਸੂ ਰਹੀ ਆ। ਕੋਈ ਮੇਰਾ ਵੀਰ ਕਿਸੇ ਵੀ ਬੈੱਡ ਦਾ ਸਕਰੀਨਸ਼ੋਟ ਭੇਜ ਕੇ ਉਹਦੀ ਇਕੱਲੀ ਦੀ ਡਿਟੇਲ ਅਲੱਗ ਵਟਸਐਪ 'ਤੇ ਲੈ ਸਕਦਾ ਗਾ। ਇਹ ਆਪਾਂ ਇੱਕ ਡੈਮੋ ਦੇ ਤੌਰ 'ਤੇ 1-2 ਬੈੱਡਾਂ ਤੋਰ ਕੇ ਦਿਖਾਵਾਂਗੇ, ਕਿਉਂਕਿ ਸਾਰੀਆਂ ਤੋਰ ਕੇ ਦਿਖਾਵਾਂਗੇ ਤਾਂ ਵੀਡੀਓ ਲੰਬੀ ਹੋ ਜੂ। ਤੁਸੀਂ ਦੇਖ ਸਕਦੇ ਹੋ ਕੰਪੈਕਟ ਆਰਡਰ ਆ, ਫੁੱਲ ਬਰੀਡ ਦੇ ਵਿੱਚ ਬੱਸੀ ਆ, ਪਹਿਲਾ ਸੂਆ 4 ਦੰਦ, ਘੁਮਾਲਾ ਪੁੱਤ। ਫੇਸ ਕੁਆਲਿਟੀ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ, ਇੱਕ ਬੈੱਡ ਜਰਸੀ ਤੋਰਨੀ ਪੁੱਤ, ਉਹ 4 ਨੰਬਰ ਵਾਲੀ, ਇਹ ਅੰਦਰੋਂ ਸੈੱਡ 'ਚੋਂ ਬੈੱਡ ਕੱਢੀ ਆਪਾਂ। ਕੁਛ ਮੱਝਾਂ ਵੀ ਆਪਣੇ ਕੋਲ ਸੇਲ ਵਾਸਤੇ ਹੈਗੀਆਂ ਨੇ। ਅੱਗੇ ਬੈੱਡ ਨੇ ਵੀ 30-35 ਕਿਲੋ ਦੁੱਧ ਪਾਇਆ ਹੋਇਆ ਗਾ। ਦੂਜਾ ਸੂਆ ਸੂਰੀ ਆ, ਕੱਚੀ ਆ, ਇਹ 10 ਦਿਨ ਦੀ। ਕਈ ਵਾਰ ਬਾਹਰਲੇ ਗਾਹਕ ਆਪਣੇ ਕੱਚੀ ਗਾਂ ਦੀ ਡਿਮਾਂਡ ਕਰਦੇ, ਤਾਂ ਆਪਣੇ ਕੋਲ 4-5 ਗਾਈਆਂ ਦਾ ਲੋਟ ਆ, ਦੇ ਸਕਦੇ ਹੋ ਸਾਰੀਆਂ। 10-12 ਦਿਨ ਦੀਆਂ ਕੱਚੀਆਂ ਵੀ ਅਵੇਲੇਬਲ ਨੇ, HF ਬੈੱਡਾਂ ਨੇ ਚੰਗੀਆਂ ਜਾਣ ਵਾਲੀਆਂ, ਮਿਲਕ ਕਪੈਸਿਟੀ 25 ਤੋਂ ਲੈ ਕੇ 30-35 ਲੀਟਰ ਦੀ ਆ। ਜਰਸੀ ਖੋਲ੍ਹਦੇ ਪੰਜਾਬ ਵਾਲੀ ਪੁੱਤ, ਇਹਨੂੰ ਤੋਰਦੇ ਆ, ਦੇ ਸਕਦੇ ਹੋ ਕੱਚੀ ਆ, ਹਜੇ ਫੁੱਲ ਬਰੀਡ ਦੇ ਵਿੱਚ ਆ, 10-12 ਦਾ ਲੈਂਦੀ ਆ, 24-25 ਕਿਲੋ ਦੁੱਧ ਪਾਇਆ ਹੋਇਆ, ਐਨੂੰ ਤੋਰਦੇ ਪੁੱਤ, ਇੱਧਰੋਂ ਲੰਬੀ। ਹਾਂ, ਫੇਸ ਕੁਆਲਿਟੀ ਦੇ ਸਕਦੇ ਹੋ, ਜਿੰਦ ਜਾਣ ਦੇ ਵਿੱਚ ਆ, ਗੋਲ ਮਟੋਲ ਪਈ ਆ, ਚਲ ਪੁੱਤ ਦੇ ਸਕਦੇ ਹੋ। ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ, ਉੱਚਾ ਲੰਮਾ ਵੱਡਾ, ਕੱਦ ਘਾਟ ਆ, ਖੁੱਲ੍ਹਾ ਦੁੱਧ ਪਾਊ ਐਤਕੀ,
ਚੰਗੀ ਸੇਵਾ ਨਾਲ 25 ਤੋਂ ਬਾਹਰ ਦੁੱਧ ਪਾਊ। ਘੁਮਾਲਾ ਪੁੱਤ ਘੁਮਾਲਾ, ਆਹ ਦੂਸਰੀ ਸਾਈਡ ਤੋਂ ਸਾਨੂੰ ਚੈੱਕ ਕਰਾ ਦਿੰਦੇ, ਸੋਹਣਾ ਮੁੱਠੀ ਵਾਲਾ ਥਾਣਾ। ਘੁਮਾਲਾ ਪੁੱਤ ਲੈ ਜਾ, ਇੱਕ ਮਿੰਟ ਇੱਧਰ ਨੂੰ ਦੇਖਣ ਦੇ, ਇੱਕ ਵਾਰੀ ਫੇਸ ਕੁਆਲਿਟੀ ਚੈੱਕ ਕਰਾ ਦਾਂਗੇ ਨੇੜ ਤੋਂ ਜੀ। ਆਹ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਰਹੇ ਹੋ, HM ਬੈੜਾ ਜਿੱਡਾ ਹਾਈਟ ਹੈ ਇਹਦੀ, HF ਬੈੜਾਂ ਦੇ ਬਰਾਬਰ ਦੀ ਹਾਈਟ ਆ। ਸੋ ਫੇਸ ਕੁਆਲਿਟੀ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ। ਇੱਕ ਆਹ ਜਰਸੀ ਵੀ ਤੋਰ ਦੇ, ਬਤਾ ਸੋਹਣਾ ਥਣ ਹਵਾਨਾ ਗਾ, ਦੇਖ ਸਕਦੇ ਹੋ ਸੋਹਣਾ ਥਣ ਹਵਾਨਾ ਇਹਦਾ ਵੀ, ਇੱਕ ਇਹ ਵੀ ਤੋਰ ਦੇ ਬਤਾ। ਸੋ ਹਾਈਟ ਦਾ ਅੰਦਾਜ਼ਾ ਇਹਦਾ ਵੀ ਲਾ ਸਕਦੇ ਹੋ ਤੁਸੀਂ, HF ਬੈੜਾਂ ਦੇ ਬਰਾਬਰ ਖੜੀ ਆ। ਤੋਰ ਦੇ ਬਤਾ ਉੱਧਰ ਤੋਰ ਦਿਓ, ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਉੱਧਰ ਤੋਰ ਦੇ ਬਤਾ। ਸੋਹਣਾ ਥਣ ਹਵਾਨਾ, ਹੱਥਾਂ ਦੀ ਚਵਾਈ ਵਾਲਾ, 20-21 ਕਿਲੋ ਦੁੱਧ ਨੇ ਖੁੱਲ੍ਹਾ ਪਾਇਆ ਹੋਇਆ, ਜਿੰਦ ਜਾਣ ਵਾਲੀ ਆ। ਸੋਹਣਾ ਕੱਦ ਕਾਠ ਆ, ਘੁਮਾਲਾ ਪੁੱਤ ਘੁਮਾਲਾ। ਸੋ ਜਿਹੜੇ ਮੇਰੇ ਵੀਰਾਂ ਨੂੰ ਇਹਨਾਂ 'ਚੋਂ ਕੋਈ ਵੀ ਬੈੜ ਪਸੰਦ ਹੋਈ, ਉਹ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਲਿਓ, ਪਿੰਡ ਕਲਾਲਾ, ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਜੀ, ਧੰਨਵਾਦ।